ਆਪਾਂ ਰੋਕਦੇ ਥੋੜੀ ਆ ਯਾਰ ਕਿਸੇ ਨੂੰ, ਕੋਈ ਕੁਛ ਵੀ ਪਾ ਸਕਦਾ ਯਾਰ ਇਹਦੇ ਚ ਕੀ ਗੱਲ ਆ, ਰੋਕ ਸਕਦੇ ਨੀ ਹੁਣ ਆਹ ਕੋਠੀ ਆ ਆਹਾ ਅਗਲੇ ਨੇ ਪਾ ਲਈ ਆਪਾਂ ਆਪਾਂ ਥੋੜੀ ਕੋਈ ਪਾਉਣੀ ਇੱਕ ਗੱਦੀ ਨੀ ਕੋਈ ਹੁਣ ਆਹ ਉੱਡੀ ਆ ਲੈ ਇਹਦੇ ਨਾਲ ਆਪਾਂ ਨੂੰ ਕੋਈ ਲੈਣਾ ਦੇਣਾ ਥੋੜੀ ਆ ਯਾਰ ਦੱਬ ਸਕਦੇ ਆ ਨਾ ਆਪਾਂ ਨੀ ਭਰਾ ਇਹੋ ਜਿਹਾ ਕੰਮ ਵੀਰੇ ਮੈਨੂੰ ਤਾਂ ਰੱਬ ਹੈ ਮੈਂ ਤਾਂ ਦੇਖ ਮੈਂ ਤਾਂ ਨਾ ਤੂੰ ਦੱਬਣ ਦਬਾਉਣ ਵਾਲਾ ਤੇ ਨਹੀਂ ਨਾ ਵਾ ਇਹੋ ਜਿਹਾ ਨਾਮ ਮੇਰੇ ਕੋਲ ਨੀ ਲੈਣਾ ਠੀਕ ਆ ਅੱਜ ਤੋਂ ਬਾਅਦ ਹਾਂ ਬਿਲਕੁਲ ਮੇਰੀ ਆਪਦੀ ਮਹਾਰਾਜ ਦੀ ਕਿਰਪਾ ਨਾਲ ਇੱਥੇ ਪ੍ਰੋਪਰਟੀ ਬਹੁਤ ਹੈ ਅੱਜ ਤੋਂ ਆਈ ਹੇਟ ਦਿਸ ਨੇਮ ਹਾਂ ਮੇਰੀ ਇੱਥੇ ਮਹਾਰਾਜ ਦੀ ਕਿਰਪਾ ਨਾਲ ਪ੍ਰੋਪਰਟੀ ਬਹੁਤ ਹੈ ਮੇਰੇ 8-10 ਪਲਾਟ ਉਧਰ 8-10 ਸੈਕਟਰ ਵੱਲ ਨੇ ਆਪਣੀ ਦੇਣਾ ਬਜ਼ੁਰਗਾਂ ਨੇ ਦਿੱਤੇ ਸੀਗੇ ਪਹਿਲਾਂ ਟਾਈਮ ਚ ਰਜਿਸਟਰੀਆਂ ਕਰਾਤੀਆਂ ਸਰਕਾਰ ਦੇ ਬਾਕੀ ਫਿਰ ਜਿਹੜੀ ਸੁਖਨਾ ਲੇਕ ਹੈ ਸੁਖਨਾ ਲੇਕ ਦੇ ਆਲੇ ਦੁਆਲੇ ਹਾਂ ਮਤਲਬ ਜਿੰਨਾ ਖੱਬਲ ਹੁੰਦਾ ਉਹਦੇ ਸਪਰੇ ਦਾ ਠੇਕਾ ਆਪਣੇ ਕੋਲ ਆ ਹਾਂ ਡੂੰਘੀ ਗੱਲਾਂ ਨੇ ਤੈਨੂੰ ਸਮਝ ਨਹੀਂ ਲੱਗਣੀ ਵੱਡੇ ਬਿਜ਼ਨਸ ਨੇ ਟੈਂਡਰ ਬੜੇ ਵੱਡੇ ਨੇ ਆਪਣੇ ਕੋਲ ਸਮਝਦਾ ਨਾ ਹੁਣ ਜਿਹੜਾ ਇੱਥੋਂ ਦੇ ਬਨੂੜ ਰੋਡ ਥਾਈ ਇੱਥੋਂ ਲੈ ਕੇ ਉਹ ਰੋਡ ਚੱਲ ਪੈਂਦਾ ਦੇਖ ਜਿਹੜਾ ਸਾਰਾ ਬਨੂੜ ਤੱਕ ਇਹ ਸੜਕ ਨਾਲ ਲੱਗਦੇ ਪਲਾਟ ਜਿੰਨੇ ਨਾਲ ਲੱਗਦੇ ਪਲਾਟ ਨੇ ਉਹਨਾਂ ਨੂੰ ਮਿੱਟੀ ਚੱਕ ਕੇ ਖੱਡਿਆਂ ਨੂੰ ਸਿੱਟਣ ਦਾ ਠੇਕਾ ਆਪਣੇ ਕੋਲ ਪਿਛਲੇ ਸਾਲ ਦਾ 2500 ਰੁਪਿਆ ਚੱਕੀ ਫਿਰਦਾ ਕਿਤੇ ਮਰਜ਼ੀ ਲਵਾ ਲਵਾਤਾ ਸੀ ਕਿਤੇ ਆਹ ਸਾਲ ਤਾਂ ਤੂੰ ਸਾਰੇ ਬਟੂਏ ਵੀ ਹਵਾ ਨੀ ਲਵਾਈ ਗਈ ਅੱਗੇ ਤਾਂ ਮੈਨੂੰ ਦਰਸ਼ਨ ਹੋ ਜਾਂਦੇ ਕਿਤੇ ਨਾ ਕਿਤੇ ਉਹ ਵੀ ਹੋਏ ਨੇ ਇਸ ਵਾਰ ਤਾਂ ਵੀਰੇ ਇਹ ਗੱਲ ਨੀ ਤੂੰ ਕਹਿ ਸਕਦਾ ਹਾਂ ਐਤਕੀ ਮੈਨੂੰ ਵੀ ਨਹੀਂ ਹੋਏ ਮੈਨੂੰ ਪਤਾ ਹੀ ਨਹੀਂ ਕਿੱਥੇ ਆ ਬਟੂਆ ਉਹ ਡਿਸਪੀਅਰ ਹੋ ਗਿਆ ਤੇ ਮਨੀ ਮੈਂ ਤੈਨੂੰ ਵੈਸੇ ਦੱਸਦਾ ਪਿਛਲੇ ਸਾਲ ਦਾ 2500 ਰੁਪਿਆ ਇਨਵੈਸਟ ਕਰਨ ਨੂੰ ਫਿਰਦਾ ਸਹੀ ਬੰਦਾ ਨਹੀਂ ਮਿਲ ਰਿਹਾ ਕੋਈ ਇਹੋ ਜਿਹਾ ਤਾਂ ਮੁਲਕ ਹੈ 130 ਕਰੋੜ ਦੀ ਆਬਾਦੀ ਚ 2500 ਰੁਪਏ ਦਾ ਯਕੀਨ ਨਹੀਂ ਕਰ ਸਕਦਾ ਮੈਂ ਕਿਸੇ ਤੇ ਕਿੱਥੇ ਇਨਵੈਸਟ ਕਰਾਂ ਦੱਸ ਤੇਰੇ ਲਿੰਕ ਆ ਯਾਰ ਵੱਡੇ ਵੱਡੇ ਰੋਨਾਲਡੋ ਮੈਸੀ ਯਾਰ ਉਹ ਆਪਦੇ ਮੁਲਕ ਚ ਕਰਾਉਣਾ ਚਾਹੁੰਦੇ ਨੇ ਆਪਾਂ ਉੱਥੇ ਕਰਨਾ ਨੀ ਮੈਨੂੰ ਆਇਆ ਉਰੇ ਆਪਣੇ ਮੁਲਕ ਦਾ ਵੀ ਕੁਛ ਬਣ ਜਾ ਯਾਰ ਰੁਪਇਆ ਇੱਥੇ ਲਾ ਦਿੰਦੇ ਆ ਓਕੇ ਬਾਏ ਟਾਟਾ ਕਿਹੜਾ ਉਹ ਟਾਟਾ ਹਾਂ ਉਹਦੇ ਨਾਲ ਨਹੀਂ ਇੰਨਾ ਪੈਸਾ ਮੈਂ ਕਿਹਾ ਉਰੇ ਲਾ ਕੇ ਇਹਦਾ ਕੁਛ ਸਮਾਨ ਲਈਏ ਮੈਂ ਹੁਣ ਕਿਸੇ ਇੱਥੇ ਆਪਣੇ ਮਿਊਨਿਸਪਲ ਦੇ ਬੰਦੇ ਨੂੰ ਮਿਲਿਆ ਸੀ ਬਹੁਤ ਲਾਸਟ ਟਾਈਮ ਸਾਡੀ ਕੌਫੀ ਕੁਫੀ ਪੀ ਗਏ ਕੌਫੀ ਤੇ ਫਿਰ ਲੰਚ ਤੇ ਲੰਚ ਹਾਂ ਲੰਚ ਸੀਗਾ ਉੱਥੇ ਬਿਜ਼ਨਸ ਡੀਲ ਚੱਲਣ ਲੱਗੀ ਮੈਂ ਕਿਹਾ ਜੀ ਇੱਕ ਮਿੰਟ ਵੀ ਮੈਂ ਟੋਕ ਰਿਹਾ ਤੁਹਾਨੂੰ ਕਹਿ ਮੈਂ ਕਿਹਾ ਬਾਏ ਦਾ ਬੇਬੀ ਇਹਦਾ ਬਿੱਲ ਕੌਣ ਦੇਊਗਾ ਜਿਹੜਾ ਆਪਾਂ ਖਾ ਰਹੇ ਉਹ ਕਹਿੰਦੇ ਵੀ ਆਵਰ ਸੈਲਫ ਮੈਂ ਕਿਹਾ ਫਿਰ ਠੀਕ ਆ ਵੀ ਜੇ ਤੁਸੀਂ ਮਾਈ ਸੈਲਫ ਵੱਲ ਆਉਣਾ ਚਾਹੁੰਦੇ ਹੋ ਮੈਂ ਕਿਹਾ ਫਿਰ ਆਪਾਂ ਉਹ ਨਿਕਲ ਚੱਲੋ ਵਧੀਆ ਚਲੋ ਜੀ ਬੈਠੇ ਬੈਠੇ ਵੱਡੇ ਉਹਨਾਂ ਨੇ ਨਸ਼ੇ ਦਿਖਾਏ ਸਾਰੇ ਮੋਹਾਲੀ ਦੇ 68 69 5 ਫੇਸ 4 ਫੇਸ ਆਖਰੀ ਸਿਪ ਤੇ ਕਹਿੰਦੇ ਮਨਾਲੀਆ ਸਾਹਿਬ ਤੁਸੀਂ ਇਨਵੈਸਟ ਕਿੰਨਾ ਕਰਨਾ ਚਾਹੁੰਦੇ ਹੋ ਮੈਂ ਕਿਹਾ ਜੀ 2500 ਰੁਪਏ ਉਹ ਵੀ ਇੱਕ ਨੋਟ 2000 ਮੈਂ ਕਿਹਾ ਫਿਗਰ ਕਲੀਅਰ ਹੈ 2500 ਓਨਲੀ ਫਿਰ ਉਹਨਾਂ ਨੇ ਬੜੀ ਵਧੀਆ ਰਾਏ ਦਿੱਤੀ ਕਹਿੰਦੇ ਵੀ ਇੱਥੋਂ ਨਾ ਤੁਸੀਂ ਮੋਹਾਲੀ ਤੋਂ ਲੈ ਕੇ 68 ਤੋਂ ਸਿੱਧਾ ਬਨੂੜ ਵਾਲਾ ਰੋਡ ਜਿਹੜਾ ਸਾਰਾ ਸਾਰੇ ਦੇ ਉਹ ਐਂਡ ਤੇ ਦੱਸਦਾ ਤੈਨੂੰ ਯਾਰ ਗੱਲ ਤਾਂ ਸੁਣ ਲਾ ਯਾਰ ਮੈਂ ਕਿਹਾ ਵੀ ਇਹਦੇ ਤਾਂ ਮੈਨੂੰ ਪਲਾਟ ਇੱਥੇ ਨੇੜੇ ਤੇੜੇ ਕਹਿੰਦੇ ਨਹੀਂ ਇੱਥੇ ਨਹੀਂ ਮਿਲਣਾ ਪਲਾਟ ਤੁਹਾਨੂੰ ਜਦੋਂ ਹੋ ਤੁਸੀਂ ਸਾਰਾ ਕ੍ਰੋਸ ਕਰ ਜਾਓਗੇ ਮੈਂ ਕਿਹਾ ਯਾਰ ਉਹ ਬਹੁਤ ਦੂਰ ਹੋ ਜੂ ਉਹ ਵੀ ਚੁੱਪ ਕਰੇ ਇੱਕ ਵਾਰੀ ਤਾਂ ਵੀ ਹਾਂ ਮੁੰਡਾ ਬਿਜ਼ਨਸ ਮਾਈਂਡਡ ਹੈ ਕਹਿੰਦੇ ਤੁਸੀਂ ਐਂ ਕਰਿਓ ਉੱਥੋਂ ਫਿਰ ਯੂ ਟਰਨ ਲੈ ਲਿਓ ਮੈਂ ਕਿਹਾ ਹਾਂ ਵੀ ਇੱਧਰ ਨੂੰ ਆਓ ਕਹਿੰਦੇ ਯੂ ਟਰਨ ਲੈ ਕੇ ਨਾ ਉੱਥੇ ਇੱਕ ਸਰਵਿਸ ਸਟੇਸ਼ਨ ਆਊ ਮੈਂ ਕਿਹਾ ਕਹਿੰਦੇ ਉੱਥੇ ਨਰਸਰੀ ਆਓ ਤਾਂ 2500 ਦੀਆਂ ਡੇਕਾਂ ਲੈ ਕੇ ਲਾ ਲਓ ਵੱਡੀਆਂ ਹੋ ਗਈਆਂ ਕਹਿੰਦੇ 5-10 ਹਜ਼ਾਰ ਦੀਆਂ ਮਤਲਬ ਜਾਂ ਉਰੇ ਵੈਸੀ ਭਲਾਈ ਦਾ ਕੰਮ ਕਰਨਾ ਚਾਹੁੰਦੇ ਹੋ ਪਰ ਉਹ ਮੈਨੂੰ ਇਨਵੈਸਟਮੈਂਟ ਉਹਨਾਂ ਦੀ ਸੂਟੇਬਲ ਨਹੀਂ ਲੱਗੀ ਉਸ ਨਾਲ ਪ੍ਰੋਫਿਟੇਬਲ ਫਾਰਮ ਨਹੀਂ ਮੈਂ ਪ੍ਰੋਫਿਟ ਚਾਹੁੰਦਾ ਯਾਰ ਬਿਜ਼ਨਸ ਡੀਲ ਹੋਈ ਨਹੀਂ ਹੋਰ ਮੈਂ ਯਾਰ 2500 ਦੀਆਂ ਨਮੋਲੀਆਂ ਫਿਰ ਮੈਂ ਮੁੱਲ ਲੈ ਕੇ ਖਾਲੂੰਗਾ ਜੇ ਤੁਸੀਂ ਨਿੰਮ ਦੀਆਂ ਨਮੋਲੀਆਂ ਮੇਰੇ ਪੱਲੇ ਪਾਉਣੀਆਂ ਨੇ ਫਿਰ ਮੈਨੂੰ ਉੱਥੋਂ ਪਤਾ ਲੱਗ ਗਿਆ ਵੀ ਮੇਰੇ ਲੈਵਲ ਦਾ ਇੱਥੇ ਕੋਈ ਬਿਜ਼ਨਸ ਕੈਪੇਬਿਲਟੀ ਹੈ ਨਹੀਂ ਕਿਸੇ ਕੋਲ ਬਿਜ਼ਨਸ ਦੀ ਯਾਰ ਮੈਨੂੰ ਤਾਂ ਲਾ ਦੋ ਤੇਰਾ ਕੰਮ ਹੀ ਹੈ ਨਹੀਂ ਇੱਥੇ ਕੋਈ ਮੈਂ ਤਾਂ ਪੀ ਕੇ ਨੂੰ ਗੋਲਾ ਹੀ ਛੱਡ ਜਾਣਾ ਹੋਰ ਗੋਲੇ ਤੇ ਵਗ ਜਾ ਹੋਰ ਗੋਲੇ ਤੇ ਜਾ ਕਿਵੇਂ ਆ ਆ ਵੀ ਪੀ ਕੇ ਆਏ ਬੈਟਰੀਆਂ ਮਾਰੀ ਇਹ ਵੀ ਪੀ ਕੇ ਆ ਪੀ ਕੇ ਆਏ